दुआबा रेडियो दे आज के प्रोग्राम सतरंगी पिंग बीच आप सब जीनो जी आए दुआबा रेडियो, रेडियो। आज साडे स्टूडियो विच साडे मेहमान आए हन। पहला मैं तुहानू उन्हां नाल रूबरू करावांगी। मेरे नाल बैठे हन मैडम बलविंदर कौर जी। बलविंदर कौर जी एक पंजाबी दे लेक्चरर हन ते एक बहुत ही बेहतरीन कवित्री हन। ਇਹ ਪੰਜਾਬੀ ਦੀਆਂ ਕਿਤਾਬਾਂ ਵੀ ਲਿਖਦੇ ਹਨ। ਸੋ ਮੈਡਮ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ, ਤੁਸੀਂ ਸਾਡੇ ਸਟੂਡੀਓ ਵਿੱਚ ਆਏ। ਉਹਨਾਂ ਦੇ ਨਾਲ ਬੈਠੇ ਹਨ ਉਮਾ ਭਾਰਦਵਾਜ ਜੀ। ਉਮਾ ਭਾਰਦਵਾਜ ਜੀ ਪੰਜਾਬੀ ਅਕੈਡਮੀ ਦਿੱਲੀ ਦੇ ਨਾਲ ਜੁੜੇ ਹੋਏ ਹਨ ਤੇ ਮਾਂ ਬੋਲੀ ਲਈ ਬਹੁਤ ਕੰਮ ਕਰ ਰਹੇ ਹਨ। ਇਸ ਦੇ ਇਲਾਵਾ ਇੱਕ ਡਾਇਰੈਕਟਰ ਵੀ ਹਨ ਜੋ ਪੰਜਾਬੀ ਨਾਟਕ ਕਰਾਉਂਦੇ ਹਨ ਤੇ ਇੱਕ ਬਹੁਤ ਹੀ ਬਿਹਤਰੀਨ ਸਿੰਗਰ ਵੀ ਹਨ। ਉਹਨਾਂ ਦੇ ਨਾਲ ਬੈਠੇ ਹਨ ਹਰਜੀਤ ਵਿਰਦੀ ਜੀ। ਹਰਦੀਪ ਵਿਰਦੀ ਜੀ ਪੰਜਾਬੀ ਦੇ ਲੈਕਚਰਰ ਹਨ ਤੇ ਇਸ ਦੇ ਨਾਲ ਨਾਲ ਉਹ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖਦੇ ਹਨ ਤੇ ਇੱਕ ਬਿਹਤਰੀਨ ਕਵਿਤਰੀ ਹਨ। ਉਹਨਾਂ ਦੇ ਨਾਲ ਬੈਠੇ ਹਨ ਸੀਮਾ ਕਾਲਰਾ ਜੀ। ਸੀਮਾ ਕਾਲਰਾ ਜੀ ਇੱਕ ਡਿਵੋਸ਼ਨਲ ਸਿੰਗਰ ਦੇ ਨਾਲ ਨਾਲ ਇੱਕ ਵੋਇਸ ਓਵਰ ਆਰਟਿਸਟ ਵੀ ਹਨ ਤੇ ਕਈ ਸਾਖੀਆਂ ਵੀ ਉਹਨਾਂ ਨੇ ਜੋ ਹੈ ਆਪਣੀਆਂ ਫੇਸਬੁੱਕ ਤੇ ਪਾਈਆਂ ਹਨ ਤੇ ਉਹਨਾਂ ਦੀ ਆਵਾਜ਼ ਬਹੁਤ ਹੀ ਮਿੱਠੀ ਆਵਾਜ਼ ਹੈ ਜੋ ਮੈਂ ਪਰਸਨਲੀ ਬਹੁਤ ਵਾਰ ਸੁਣ ਚੁੱਕੀ ਹਾਂ। ਉਹਨਾਂ ਦੇ ਨਾਲ ਬੈਠੇ ਹਨ ਰੇਨੂ ਜੀ। ਰੇਨੂ ਜੀ ਵੀ ਇੱਕ ਡਿਵੋਸ਼ਨਲ ਸਿੰਗਰ ਹਨ। ਸਾਡਾ ਅੱਜ ਦਾ ਪ੍ਰੋਗਰਾਮ ਜੋ ਹੈ ਉਹਦਾ ਵਿਸ਼ਾ ਹੈ ਇਸ਼ਕ ਹਕੀਕੀ ਤੇ ਇਸ਼ਕ ਮਿਜਾਜ਼ੀ। ਇਸ਼ਕ ਜਿਸ ਨੂੰ ਪਿਆਰ, ਮੁਹੱਬਤ, ਮੋਹ, ਪ੍ਰੇਮ, ਅਨੁਰਾਗ ਆਦਿ ਕਈ ਨਾਵਾਂ ਨਾਲ ਸਦਿਆ ਜਾਂਦਾ ਹੈ। ਇਹ ਤਿੰਨਾਂ ਅੱਖਰਾਂ ਦਾ ਸ਼ਬਦ ਆਪਣੇ ਅੰਦਰ ਅਤਿਅੰਤ ਵਿਸ਼ਾਲਤਾ ਤੇ ਬਹੁਤ ਕੁਝ ਸਮੋਈ ਬੈਠਾ ਹੈ। ਇਸ਼ਕ ਜ਼ਿੰਦਗੀ ਦੀ ਤਰ੍ਹਾਂ ਹੈ ਜਿਸ ਦੁਆਲੇ ਕਈ ਸੰਸਾਰਕ ਬੰਧਨ ਤੇ ਰਿਸ਼ਤੇ ਬੱਝੇ ਪਏ ਹਨ। ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿੱਥੇ ਗੁਰੂਆਂ ਨੇ ਅਵਤਾਰ ਧਾਰਿਆ ਉੱਥੇ ਅਜਿਹੇ ਪੀਰ ਪੈਗੰਬਰ ਵੀ ਹੋਏ ਜਿਨ੍ਹਾਂ ਰੱਬ ਨਾਲ ਸੱਚੇ ਇਸ਼ਕ ਦੀਆਂ ਕੰਢਾਂ ਨੂੰ ਪੀੜੀਆਂ ਕਰਕੇ ਇਸ਼ਕ ਦੀ ਪਵਿੱਤਰਤਾ ਨੂੰ ਇੰਨਾ ਪਕੇਰਾ ਕਰ ਦਿੱਤਾ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਦਿਲਾਂ ਵਿੱਚ ਵਸਦਾ ਰਹੇਗਾ। ਨਾਲ ਹੀ ਸੂਫੀ ਕਵੀਆਂ ਨੇ ਇਸ਼ਕ ਵਿੱਚ ਰੰਗੀਆਂ ਲਿਖਤਾਂ ਲਿਖ ਕੇ ਇਸ਼ਕ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਬਾਬਾ ਬੁੱਲੇ ਸ਼ਾਹ, ਸੁਲਤਾਨ ਬਾਹੂ, ਸ਼ਾਹ ਹੁਸੈਨ, ਵਾਰਿਸ ਸ਼ਾਹ ਆਦਿ ਦੀਆਂ ਕਾਫੀਆਂ ਤੇ ਕਿੱਸੇ ਇੰਝ ਲੱਗਦੇ ਹਨ ਜਿਵੇਂ ਕੋਈ ਦਰਗਾਹ ਤੋਂ ਆਇਆ ਪ੍ਰੇਮ ਦੂਤ ਇਸ਼ਕ ਦਾ ਮੰਤਰ ਪੜਾ ਰਿਹਾ ਹੋਵੇ। ਇਸ਼ਕ ਇਸ਼ਕ ਖੁਦਾ ਤੱਕ ਪਹੁੰਚਣ ਦਾ ਇੱਕ ਰਸਤਾ ਜਿਸ ਦੇ ਅੰਦਰ ਇਸ਼ਕ ਵਸ ਗਿਆ ਉਸਨੂੰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ। ਇਸ਼ਕ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਇਸ਼ਕ ਹਕੀਕੀ ਤੇ ਇਸ਼ਕ ਮਿਜਾਜ਼ੀ। ਸੋ ਮੈਂ ਅੱਜ ਸਭ ਤੋਂ ਪਹਿਲਾਂ ਬਲਵਿੰਦਰ ਜੀ ਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਇਸ ਬਾਰੇ ਕੀ ਕਹੋਗੇ, ਇਸ਼ਕ ਹਕੀਕੀ ਤੇ ਇਸ਼ਕ ਮਿਜਾਜ਼ੀ ਬਾਰੇ। ਸ਼ੁਕਰੀਆ ਕੁਲਵਿੰਦਰ, ਬਹੁਤ ਵਧੀਆ ਵਿਸ਼ਾ ਹੈ। ਜਿਹੜੀ ਪੰਜਾਬ ਦੀ ਪਵਿੱਤਰ ਧਰਤੀ ਜਿਹਨੂੰ ਜਿੱਥੇ ਗੁਰੂਆਂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋਈ ਹੈ ਉੱਥੇ ਇੱਥੇ ਇਹੋ ਜਿਹੇ ਪੀਰ ਪੈਗੰਬਰ ਵੀ ਹੋਏ ਹੈ ਜਿਨ੍ਹਾਂ ਨੇ ਰੱਬ ਨਾਲ ਸੱਚੇ ਇਸ਼ਕ ਦੀਆਂ ਗੰਢਾਂ ਪਾਈਆਂ ਤੇ ਰੱਬ ਦੇ ਪਿਆਰ ਚ ਰੰਗੀਆਂ ਲਿਖਤਾਂ ਲਿਖ ਕੇ ਇਸ਼ਕ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਜਿਵੇਂ ਕਿ ਤੁਸੀਂ ਵੀ ਕਿਹਾ, ਬੁੱਲੇ ਸ਼ਾਹ, ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਵਰਗੇ ਕਵੀਆਂ ਨੇ ਅਨੇਕਾਂ ਕਾਫੀਆਂ ਤੇ ਸ਼ਲੋਕ ਲਿਖ ਕੇ ਇਸ਼ਕ ਨੂੰ ਇੱਕ ਨਵੇਂ ਰੰਗ ਵਿੱਚ ਰੰਗ ਦਿੱਤਾ। ਇਹਨਾਂ ਸੂਫੀ ਕਵੀਆਂ ਅਨੁਸਾਰ ਇਸ਼ਕ ਰੱਬ ਤੱਕ ਪਹੁੰਚਣ ਦਾ ਇੱਕ ਸਾਧਨ ਹੈ ਔਰ ਇਹਨਾਂ ਨੇ ਇਸ਼ਕ ਨੂੰ ਦੋ ਹਿੱਸਿਆਂ ਚ ਵੰਡਿਆ ਹੈ, ਇਸ਼ਕ ਹਕੀਕੀ ਅਤੇ ਇਸ਼ਕ ਮਜਾਜ਼ੀ। ਰੱਬ ਨਾਲ ਕੀਤੇ ਪਿਆਰ ਨੂੰ ਇਸ਼ਕ ਹਕੀਕੀ ਅਤੇ ਦੁਨਿਆਵੀ ਇਸ਼ਕ ਨੂੰ ਇਸ਼ਕ ਮਜਾਜ਼ੀ ਕਿਹਾ ਗਿਆ। ਇਸ਼ਕ ਹਕੀਕੀ ਮੈਂ ਨੂੰ ਖਤਮ ਕਰਕੇ ਤੂੰ ਤੱਕ ਪਹੁੰਚਣ ਦਾ ਇੱਕ ਰਸਤਾ ਹੈ, ਜਿਵੇਂ ਕਿ ਸ਼ਾਹ ਹੁਸੈਨ ਕਹਿੰਦਾ ਹੈ, ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਅੰਦਰ ਤੂੰ ਹੈ ਬਾਹਰ ਤੂੰ ਹੈ, ਰੋਮ ਰੋਮ ਵਿੱਚ ਤੂੰ, ਤੂੰ ਹੈ ਤਾਣਾ ਤੂੰ ਹੈ ਬਾਣਾ, ਸਭ ਕੁਝ ਮੇਰਾ ਤੂੰ, ਕਹੇ ਹੁਸੈਨ ਫਕੀਰ ਨਿਮਾਣਾ, ਮੈਂ ਨਹੀਂ ਸਭ ਤੂੰ। ਇਹ ਮੈਂ ਜਿਹੜੀ ਗੁਰਬਾਣੀ ਵਿੱਚ ਵੀ ਇਸਨੂੰ ਕਿਹਾ ਗਿਆ ਹੈ, ਮੈਂ ਜੋ ਹੰਕਾਰ ਹੈ ਜੇ ਇਹ ਸਾਡੇ ਚੋਂ ਖਤਮ ਹੋ ਜਾਂਦਾ ਹੈ ਤੇ ਇਹ ਰੱਬ ਤੱਕ ਪਹੁੰਚਣ ਦਾ ਸਾਡਾ ਰਸਤਾ ਸਾਫ ਹੋ ਜਾਂਦਾ ਹੈ। ਸੂਫੀ ਕਵੀਆਂ ਨੇ ਵੀ ਇਸ ਮੈਂ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ ਹੈ। ਠੀਕ ਹੈ, ਤੁਸੀਂ ਬਿਲਕੁਲ ਠੀਕ ਗੱਲ ਕਹੀ ਕਿ ਮੈਂ ਹੀ ਸਾਡੇ ਅੰਦਰੋਂ ਨਹੀਂ ਜਾਂਦੀ ਤੇ ਤੁਸੀਂ ਇੱਥੇ ਅੱਜ ਸਾਨੂੰ ਕਿਹੜੀ ਕਵਿਤਾ ਆਪਣੀ ਸੁਣਾਓਗੇ? ਸਾਡੇ ਦਰਸ਼ਕਾਂ ਨਾਲ ਕੁਝ ਇਹੋ ਜਿਹੀ ਕਵਿਤਾ ਸਾਂਝੀ ਕਰੋ ਕਿ ਜਿਹੜੇ ਦਿਲ ਨੇ ਸਾਡੇ ਅੰਦਰੋਂ ਡੂੰਘੇ ਜਾਣ। ਸੂਫੀ ਰੰਗਨ ਚਰੰਗੀ ਇੱਕ ਕਵਿਤਾ ਮੈਂ ਸੁਣਾਉਂਦੀ ਹਾਂ। ਵਾਂਗ ਫਕੀਰਾਂ ਦਰ ਤੇਰੇ ਤੇ
ਵਾਂਗ ਫਕੀਰਾਂ ਦਰ ਤੇਰੇ ਤੇ ਕਦ ਤੱਕ ਝੋਲੀ ਅੱਡ ਖਲੋਵਾਂ, ਜਾਂ ਝੋਲੀ ਵਿੱਚ ਖੈਰ ਤੂੰ ਪਾ ਦੇ ਜਾਂ ਯਾਦਾਂ ਚੋਂ ਮਨਫੀ ਕਰ ਦੇ। ਯਾਦ ਤੇਰੀ ਦੀ ਮਿੱਟੀ ਦੇ ਵਿੱਚ ਅਸਾਂ ਪਿਆਰ ਦੇ ਬੀਜ ਸੀ ਬੋਏ, ਉਹ ਬੂਟੇ ਹੁਣ ਸੁੱਕਣ ਲੱਗੇ ਮੇਰਾ ਨਾਲ ਹਰੇ ਤੂੰ ਕਰ ਦੇ। ਤੇਰੀ ਬੇਪਰਵਾਹੀ ਮੈਨੂੰ ਹੱਥ ਵਿੱਚ ਕਲਮ ਫੜਾ ਦਿੱਤੀ ਹੈ, ਜਾਂ ਇਸ ਕਲਮ ਤੋਂ ਮੁਨਕਰ ਹੋ ਜਾ ਜਾਂ ਫਿਰ ਧਾਰ ਤੋਂ ਤਿੱਖੀ ਕਰ ਦੇ। ਮੇਰੇ ਸਾਹਾਂ ਦੇ ਨਾਲ ਚੱਲਦਾ, ਮੇਰੇ ਸਾਹਾਂ ਦੇ ਨਾਲ ਚੱਲਦਾ, ਤੇਰਾ ਹੀ ਪਰਛਾਵਾਂ ਸੀ ਉਹ ਬੰਦ ਦਰਵਾਜ਼ੇ ਰੂਹਾਂ ਵਾਲੇ, ਕਦੀ ਤਾਂ ਯਾਰਾ ਖੁੱਲੇ ਛੱਡ ਦੇ, ਜਾਂ ਝੋਲੀ ਵਿੱਚ ਖੈਰ ਤੂੰ ਪਾ ਦੇ ਜਾਂ ਯਾਦਾਂ ਚੋਂ ਮਨਫੀ ਕਰ ਦੇ। ਬਹੁਤ ਖੂਬ। ਜਾਂ ਝੋਲੀ ਵਿੱਚ ਖੈਰ ਤੂੰ ਪਾ ਦੇ ਜਾਂ ਯਾਦਾਂ ਚੋਂ ਮਨਫੀ ਕਰ ਦੇ। ਇੱਦਾਂ ਲੱਗਿਆ ਜਿੱਦਾਂ ਦਿਲ ਕੱਢ ਕੇ ਬਾਹਰ ਰੱਖ ਦਿੱਤਾ ਹੋਵੇ। ਹੁਣ ਮੈਂ ਗੱਲ ਕਰਾਂਗੀ ਉਮਾ ਜੀ ਨਾਲ। ਉਮਾ ਜੀ, ਜਿਵੇਂ ਕਿ ਅਸੀਂ ਹੁਣੇ ਗੱਲ ਕੀਤੀ ਸੀ ਬਾਬਾ ਬੁੱਲੇ ਸ਼ਾਹ ਦੀ, ਸ਼ਾਹ ਹੁਸੈਨ, ਸੁਲਤਾਨ ਬਾਬੂ ਵਾਰਿਸ ਸ਼ਾਹ ਦੀ, ਜਿਵੇਂ ਕਾਫੀਆਂ ਤੇ ਕਿੱਸਿਆਂ ਨੂੰ ਪਿਆਰ ਦੇ ਧਾਗਿਆਂ ਵਿੱਚ ਪਰੋ ਸੱਚੇ ਇਸ਼ਕ ਦੀਆਂ ਗੰਢਾਂ ਬੰਨ ਦਿੱਤੀਆਂ। ਇਸ਼ਕ ਤਾਂ ਉਹ ਸੀ ਜੋ ਰਾਂਝੇ ਨੇ ਹੀਰ ਨਾਲ, ਲੈਲਾ ਨੇ ਮਜਨੂ ਨਾਲ, ਪੁੰਨੂ ਨੇ ਸੱਸੀ ਨਾਲ, ਸ਼ੀਰੀ ਨੇ ਫਰਿਆਦ ਨਾਲ, ਸਿਹਤੀ ਨੇ ਮੁਰਾਦ ਨਾਲ ਤੇ ਮਿਰਜੇ ਨੇ ਸਿਹਤ ਨਾਲ ਕੀਤਾ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਪਰਮਿੰਦਰ ਜੀ? ਅੱਜ ਦਾ ਵਿਸ਼ਾ ਜਿਵੇਂ ਇਸ਼ਕ ਹਕੀਕੀ, ਬਹੁਤ ਹੀ ਸਟੀਕ ਵਿਸ਼ਾ ਲਿੱਤਾ ਹੈ ਤੁਸੀਂ। ਔਰ ਇਸ਼ਕ ਹਕੀਕੀ ਰੱਬ ਤੱਕ ਪਹੁੰਚਣ ਦਾ ਇੱਕ ਜ਼ਰੀਆ ਹੈ ਤੇ ਪੰਜਾਬ ਦੀ ਧਰਤੀ ਤੇ ਕਈ ਕਿੱਸੇ ਮਸ਼ਹੂਰ ਹਨ ਤੇ ਉਹਨਾਂ ਵਿੱਚੋਂ ਇੱਕ ਹੈ ਹੀਰ ਰਾਂਝੇ ਦਾ ਕਿੱਸਾ ਔਰ ਸੱਸੀ ਪੁੰਨੂ ਸੋਹਣੀ ਮਹੀਵਾਲ। ਜਿੱਦਾਂ ਕਿ ਕਿਹਾ ਜਾਂਦਾ ਹੈ ਕਿ ਇਸ਼ਕ ਵਿੱਚ ਵੱਜਾ ਮਨੁੱਖ ਆਪਣੇ ਆਪ ਨੂੰ ਭੁੱਲ ਕੇ ਇੱਕ ਦੂਜੇ ਵਿੱਚ ਅਭੇਦ ਹੋ ਜਾਂਦਾ ਹੈ, ਇਸ ਬਾਰੇ ਤੁਸੀਂ ਕੀ ਕਹੋਗੇ? ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਹੋਈ। ਬਹੁਤ ਖੂਬ ਕਿਹਾ ਤੁਸੀਂ ਕਿ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਹੋਈ। ਤੁਸੀਂ ਸਾਨੂੰ ਸੁਣਾ ਕੀ ਰਹੇ? ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ ਹੀਰ। ਬੋਲੀ ਚੜਦਿਆਂ ਮਾਰੀਆਂ ਹੀਰ ਚਿਕਾਂ, ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ, ਕਦੀਨਾ ਮੋੜ ਦੱਸੈਂ ਤੇ ਉਹ ਸਮੇਂ ਬਬਲ ਕਿੱਥੇ ਗਏ ਚਲੇ, ਵੇ ਤੇਰੀ ਛਤਰ ਛਾਵੇਂ ਰੁੱਖ ਹੇਠ ਬਬਲ, ਵਾਂਗ ਮੁਸਾਫਰਾਂ ਬੈ ਚਲੇ ਵੇ, ਦਿਨ ਚਾਰ ਨਰਜ ਆਰਾਮ ਪਾਇਆ ਤੇ ਦੁੱਖ ਦਰਦ ਮੁਸੀਬਤਾਂ ਸਹਿ ਚਲੇ, ਪੰਜ ਰੋਜ਼ ਤੇਰੇ ਘਰ
इश्क
मिजाजी ही रह गया, इश्क हकीकी नहीं। कुलविंदर जी मैं इश्क हकीकी तो शुरू करांगी वो वक्त तो जो इश्क मिजाजी इश्क हकीकी की पहली पौड़ी मनी जाती सी, जिते साढ़े पंजाब विच सूफी कवियां ने अपनिया लिखत लिखिया उहो जिहे साढ़े कोल बहुत सारे आशिक भी होए जिन्हां ने अपनी अस्थी नूं मिटा के अपने प्यार नूं नेपरे चाड़िया, जिवें हीर रांझा, सोनी महिवाल, मिर्जा साहिबा। इन्हां दा प्यार दुनियावी प्यार दी पद्धर तों बहुत उच्चा होर निबड़िया सी। इह इक दूजे विच इंज भेद हो गए सन जिवें आत्मा परमात्मा विच लीन हो जांदी है। और इन्हां वास्ते तां इश्क मजाजी ते इश्क हकीकी दा इक रस्ता सी। अनेक कष्ट सहारे पर उस कष्ट आनंद मिलता सी। ਜਿਵੇਂ ਮੇਰੀਆਂ ਕੁਝ ਸਤਰਾਂ ਹੈ, ਰਾਂਝਾ ਕੰਨ ਪੜਵਾ ਕੇ ਭਟਕਦਾ ਹੈ, ਹੀਰ ਅੱਗ ਦੀ ਸੇਜ ਤੇ ਬੈਠਦੀ ਹੈ, ਮਹੀਵਾਲ ਨੂੰ ਆਪਣਾ ਬਣਾਉਣ ਖਾਤਰ ਸੋਹਣੀ ਕੱਚੇ ਘੜੇ ਤੇ ਤੈਰਦੀ ਹੈ, ਪੁੰਨੋ ਪੁੰਨੋ ਪੁਕਾਰਦੀ ਜਦ ਸੱਸੀ ਮਾਰੂ ਥਲ ਵਿੱਚ ਜਾਨ ਗੁਆਉਂਦੀ ਹੈ, ਉਹਦੇ ਇਸ਼ਕ ਦੀ ਸੁਣ ਕੇ ਦਰਦ ਗਾਥਾ ਹਰ ਇੱਕ ਅੱਖ ਅੰਜੂ ਵਹਾਉਂਦੀ ਹੈ। ਔਰ ਜਿਹੜਾ ਹੁਣ ਤੁਹਾਡਾ ਸਵਾਲ ਸੀ ਕਿ ਅੱਜ ਜੋ ਹੈ ਪਿਆਰ ਕੀ ਹੈ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਜਿਹੜਾ ਇਸ਼ਕ ਮਜਾਜੀ ਹੈ ਸਿਰਫ ਉਹ ਇੱਕ ਸਰੀਰਕ ਖੇਡ ਬਣ ਕੇ ਰਹਿ ਗਿਆ। ਦੋ ਘੜੀ ਦੇ ਸਰੀਰਕ ਆਨੰਦ ਲਈ ਇਸ ਪਵਿੱਤਰ ਜਜ਼ਬੇ ਨੂੰ ਬਹੁਤ ਅਪਮਾਨਿਤ ਕੀਤਾ ਜਾ ਰਿਹਾ ਹੈ। ਵਿਸ਼ਵਾਸ ਦੀਆਂ ਨੀਹਾਂ ਰੇਤ ਦੀਆਂ ਕੱਚੀਆਂ ਕੰਧਾਂ ਵਾਂਗੂ ਢਹਿ ਢੇਰੀ ਹੋ ਚੁੱਕੀਆਂ ਹਨ, ਔਰ ਸਰੀਰਕ ਪਿਆਰ ਦੀ ਭੁੱਖ ਨੇ ਰੂਹਾਨੀ ਪਿਆਰ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ। ਗੱਲ ਤਾਂ ਹੁਣ ਵੀ ਰੂਹਾਂ ਦੇ ਪਿਆਰ ਦੀ ਹੁੰਦੀ ਹੈ, ਗੱਲ ਤਾਂ ਹੁਣ ਵੀ ਹੁੰਦੀ ਹੈ। ਤੁਹਾਡਾ ਕਹਿਣ ਦਾ ਮਤਲਬ ਉਹ ਸਿਰੇ ਚੜ੍ਹ, ਪਰ ਉਹ ਗੱਲ ਖਤਮ ਜਿਸਮਾਂ ਦੇ ਪਿਆਰ ਤੇ ਜਾ ਕੇ ਹੁੰਦੀ ਹੈ, ਉਹਦੇ ਵਿੱਚ ਰੂਹਾਨੀਅਤ ਨਹੀਂ। ਰੂਹਾਨੀਅਤ ਨਹੀਂ, ਇਹਦੇ ਬਾਰੇ ਮੇਰੀ ਇੱਕ ਕਵਿਤਾ ਹੈ, ਮੈਂ ਤੁਹਾਨੂੰ ਸੁਣਾਉਣਾ ਜ਼ਰੂਰ ਚਾਹਾਂਗੀ। ਬਿਲਕੁਲ ਜ਼ਰੂਰ ਸੁਣਾਓ। ਰੂਹਾਂ ਦੇ ਮੇਲਾਂ ਦੀਆਂ ਗੱਲਾਂ, ਰੂਹਾਂ ਦੇ ਮੇਲਾਂ ਦੀਆਂ ਗੱਲਾਂ, ਜਿਸਮਾਂ ਦਾ ਵਪਾਰ ਕਰਨ ਸੱਚੇ ਇਸ਼ਕ ਦੇ ਰੌਲੇ ਪਾ ਕੇ ਵਾਦੇ ਕਈ ਹਜ਼ਾਰ ਕਰਨ, ਰਸ ਚੂਸ ਕੇ ਕਲੀਆਂ ਦਾ ਫਿਰ ਰਾਹਾਂ ਦੇ ਵਿੱਚ ਸੁੱਟ ਜਾਵਣ, ਪੈਰਾਂ ਵਿੱਚ ਮਧੋਲ ਦਿੰਦੇ ਸਭ ਵੰਗਾਂ ਵਾਂਗੂੰ ਟੁੱਟ ਜਾਵਣ, ਮਿੱਟੀ ਕਰਕੇ ਪਤ ਉਹਨਾਂ ਦੀ, ਮਿੱਟੀ ਕਰਕੇ ਪਤ ਉਹਨਾਂ ਦੀ ਨਵੀਂ ਜ਼ਮੀਨ ਤਿਆਰ ਕਰਨ, ਰੂਹਾਂ ਦੇ ਮੇਲਾਂ ਦੀਆਂ ਗੱਲਾਂ, ਜਿਸਮਾਂ ਦਾ ਵਪਾਰ ਕਰਨ, ਪੈਸਾ ਰੁਤਬਾ ਦੌਲਤ ਸਾਰੀ ਕੁਝ ਦਿਨ ਖੂਬ ਲੁਟਾ ਦਿੰਦੇ, ਚਮਕ ਵਿਖਾ ਕੇ ਮਹਿਲਾਂ ਵਾਲੀ ਸੁਪਨੇ ਕਈ ਸਜਾ ਦਿੰਦੇ, ਹਰ ਵਾਰ ਲੁੱਟ ਕੇ ਵੀ ਕਲੀਆਂ ਭੌਰਾਂ ਦਾ ਇਤਬਾਰ ਕਰਨ, ਰੂਹਾਂ ਦੇ ਮੇਲਾਂ ਦੀਆਂ ਗੱਲਾਂ, ਜਿਸਮਾਂ ਦਾ ਵਪਾਰ। ਗੱਲ ਤਾਂ ਉਹ ਰੂਹਾਂ ਦੇ ਮੇਲ ਦੀ ਕਰਦੇ ਆ, ਪਰ ਖਤਮ ਹੁੰਦੀ ਹੈ, ਔਰ ਖਾਸ ਕਰਕੇ ਕੁੜੀਆਂ ਇਹਦੀਆਂ ਬਹੁਤ ਸ਼ਿਕਾਰ ਹੁੰਦੀਆਂ ਹੈ। ਔਰ ਸਵਾਜੀ ਪੀੜ੍ਹੀ ਨੂੰ ਇਹੀ ਕਿਹਾ ਜਾਣਾ ਚਾਹੀਦਾ ਹੈ ਕਿ ਜੋ ਵੀ ਤੁਸੀਂ ਕਰੋ ਉਹਨੂੰ ਬਹੁਤ ਹੀ ਸੋਚ ਤੇ ਸਮਝ ਕੇ ਕਰੋ। ਅਗਲੀ ਗੱਲ ਮੈਂ ਕਰਾਂਗੀ ਸੀਮਾ ਕਾਦਰਾ ਜੀ ਦੇ ਨਾਲ। ਸੀਮਾ ਜੀ ਕਹਿੰਦੇ ਨੇ ਇਸ਼ਕ ਤੇ ਮੁਸ਼ਕ ਲੁਕਾਏ ਨਹੀਂ ਲੁਕਦੇ, ਇਸ਼ਕ ਤੇ ਮੁਸ਼ਕ ਲੁਕਾਏ ਨਹੀਂ ਲੁਕਦੇ, ਤੇ ਸੱਚੇ ਪ੍ਰੇਮੀ ਆਪਣੇ ਇਸ਼ਕ ਨੂੰ ਧਰਮ ਵਾਂਗ ਪਾਲਦੇ ਤੇ ਫਰਜ਼ ਵਾਂਗ ਨਿਭਾਉਂਦੇ ਨੇ। ਭਾਵੇਂ ਇਸ਼ਕ ਹਕੀਕੀ ਹੋਵੇ ਭਾਵੇਂ ਮਿਜਾਜੀ, ਇਸ਼ਕ ਧਰਮ ਦੇ ਕਰਮ ਕਾਂਡਾਂ, ਜਾਤ ਪਾਤਾਂ ਦੇ ਅਨੁਪਾਤਾਂ ਤੋਂ ਬਹੁਤ ਉੱਪਰ ਦੀ ਗੱਲ ਕਰਦਾ ਹੈ। ਇਹ ਹਮੇਸ਼ਾ ਮਿਲਾਪ ਦੀ ਗੱਲ ਕਰਦੇ ਹਨ, ਇਹਨਾਂ ਦੇ ਤਾਂ ਸਾਰੀ ਦੁਨੀਆਂ ਦੇ ਮਨੁੱਖ ਅੰਨੇ ਹੁੰਦੇ ਨੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਕੁਲਵਿੰਦਰ ਜੀ ਕਿਸੇ ਨੇ ਬਹੁਤ ਅੱਛੇ ਲਿਖਿਆ ਹੈ, ਲਵ ਦੇ ਬਹਾਨਾ ਕੋਈ ਵਨ ਤੇ ਸਵੰਨਾ ਹੈ, ਆਸ਼ਕਾਂ ਦੇ ਬਾਨੇ ਹੁੰਦਾ ਸਾਰਾ ਜਗ ਅੰਨਾ ਹੈ। ਬਹੁਤ ਚੰਗੀ ਗੱਲ ਕੀਤੀ ਸੀਮਾ ਜੀ ਨੇ ਕਿ ਲਵ ਦੇ ਬਹਾਨਾ ਕੋਈ ਵਨ ਤੇ ਸਵੰਨਾ ਹੈ, ਆਸ਼ਕਾਂ ਦੇ ਬਾਨੇ ਹੁੰਦਾ ਸਾਰਾ ਜਗ ਅੰਨਾ ਹੈ। ਤੇ ਇਹੋ ਜਿਹਾ ਕੋਈ ਝੂਮਦਾ ਹੋਇਆ ਗੀਤ ਅੱਜ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਗਲੀ ਭੁੱਲ ਨਾ ਜਾਏ ਚੰਨ
ਬੇਟੀ ਰੀਨੂ ਜੀ ਤੁਸੀਂ ਸਾਨੂੰ ਕੁਛ ਆਪਣਾ ਸੁਣਾਓ। ਮੈਂ ਇੱਕ ਸੁੰਦਰ ਜਿਹਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਮੇਰੇ ਨਾਲ ਸਿਵਲ ਸਾਥ ਦੇਣਗੇ। ਬਹੁਤ ਵਧੀਆ। ਹਰਜੀਤ ਕੌਰ ਜੀ ਤੁਸੀਂ ਕੁਛ ਹੋਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਉਣਾ ਚਾਹਾਂਗੀ।
ਹਾਂਜੀ ਮੈਡਮ, ਮੈਂ ਇੱਕ ਕਵਿਤਾ ਆਪਣੀ ਦਰਸ਼ਕਾਂ ਦੇ ਨਾਲ ਪਿਆਰ ਦੇ ਬਾਰੇ ਸਾਂਝੀ ਕਰਨਾ ਚਾਹਾਂਗੀ। ਬਿਲਕੁਲ ਜ਼ਰੂਰ ਕਰੋ ਜੀ। ਕਿ ਇਹ ਜੋ ਝੂਠਾ ਝੂਠਾ ਜਿਹਾ ਉਹ ਹੱਸਦਾ ਹੈ, ਇਹ ਜੋ ਝੂਠਾ ਝੂਠਾ ਜਿਹਾ ਉਹ ਹੱਸਦਾ ਹੈ, ਕੋਈ ਦਰਦ ਛੁਪਾਉਂਦਾ ਲੱਗਦਾ ਹੈ। ਵਾਹ! ਕੋਈ ਦਰਦ ਛੁਪਾਉਂਦਾ ਲੱਗਦਾ ਹੈ, ਇੱਕ ਅੱਗ ਦਾ ਦਰਿਆ ਉਹਦੇ ਅੰਦਰ ਵਸਦਾ ਹੈ, ਇੱਕ ਮੁਹੱਬਤ ਦੀ ਨਦੀ ਮੇਰੇ ਦਿਲ ਵਿੱਚ ਵਗਦੀ ਹੈ, ਕਿੱਥੋਂ ਲਿਆਵਾਂ ਉਹ ਮੋਹ ਭਿੱਜੇ ਸ਼ਬਦ ਜੋ ਬੱਦਲਾਂ ਨੂੰ ਚੀਰ ਵਰ ਜਾਣ, ਨਫ਼ਰਤ ਦੀ ਅੱਗ ਨੂੰ ਸਾੜ ਮੁਹੱਬਤਾਂ ਦੇ ਬੀਜ ਬੋ ਜਾਣ, ਰੂਹ ਨੂੰ ਸਕੂਨ ਦੇ ਜਾਣ, ਤੇ ਫਿਰ ਮੈਂ ਆਖਾਂ ਕਿ ਇਹ ਚੰਨ ਵਰਗਾ ਸੋਹਣਾ ਸੱਜਣ ਜੋ ਮੇਰੇ ਦਿਲ ਵਿੱਚ ਵਸਦਾ ਹੈ, ਇਹ ਮੈਨੂੰ ਬੜਾ ਹੀ ਸੋਹਣਾ ਲੱਗਦਾ ਹੈ, ਸੱਚੀ ਮਾਏ ਮੇਰੀਏ ਇਹ ਮੈਨੂੰ ਬੜਾ ਹੀ ਸੋਹਣਾ ਲੱਗਦਾ ਹੈ। ਦੋ ਸ਼ੇਰ ਨੇ ਜੋ ਮੈਂ ਆਪਣੇ ਇਹਦੇ ਵਿੱਚ ਨਾਲ ਪੜਾਂਗੀ। ਕਿ ਤੇਰੇ ਦਿਲ ਦੀ ਕਿਤਾਬ ਦੇ ਹਰ ਵਰਕੇ ਤੇ ਮੈਂ ਸੀ, ਤੇਰੇ ਦਿਲ ਦੀ ਕਿਤਾਬ ਦੇ ਹਰ ਵਰਕੇ ਤੇ ਮੈਂ ਸੀ, ਤੂੰ ਤਾਂ ਕਿਤਾਬ ਦਾ ਨਾਮ ਬਦਲ ਮੈਨੂੰ ਪਰਾਇਆ ਹੀ ਕਰ ਦਿੱਤਾ, ਤੂੰ ਤਾਂ ਕਿਤਾਬ ਦਾ ਨਾਮ ਬਦਲ ਮੈਨੂੰ ਪਰਾਇਆ ਹੀ ਕਰ ਦਿੱਤਾ। ਜੀ ਕਰਦਾ ਹੈ ਕਰ ਲਾ ਉਹ ਅੱਖੀਆਂ ਕੈਦ, ਜੀ ਕਰਦਾ ਹੈ ਕਰ ਲਾ ਉਹ ਅੱਖੀਆਂ ਕੈਦ, ਜੋ ਨੈਣ ਮਿਲਾ ਕੇ ਮੁੱਕਰ ਗਈਆਂ, ਜੋ ਨੈਣ ਮਿਲਾ ਕੇ ਮੁੱਕਰ ਗਈਆਂ। ਸੋ ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਪਿਆਰ, ਇਸ਼ਕ, ਮੁਹੱਬਤ ਇੱਕ ਅਜਿਹਾ ਜਜ਼ਬਾ ਹੈ ਜੋ ਵਿਸ਼ਵਾਸ ਦੀਆਂ ਨੀਹਾਂ ਤੇ ਟਿਕਿਆ ਰੇਤ ਦੀ ਦੀਵਾਰ ਵਾਂਗ ਹੈ, ਜਿਸ ਨੂੰ ਪੋਰਾ ਕੁਠੋਕਰ ਲੱਗੀ ਨਹੀਂ ਕਿ ਸਭ ਕੁਝ ਚੱਕਣਾ ਚੂਰ ਹੋ ਜਾਂਦਾ ਹੈ। ਇਸ਼ਕ ਵਿੱਚ ਮਿਲਾਪ ਵੀ ਹੈ ਤੇ ਵਿਛੋੜਿਆਂ ਦੀ ਅੱਗ, ਇਸ਼ਕ ਜਿਨ੍ਹਾਂ ਦੇ ਹੱਡੀ ਰਚ ਜਾਵੇ ਉਹਨਾਂ ਲਈ ਕੰਡਿਆਂ ਦੀ ਸੇਜ ਵੀ ਮਹਿਕ ਦੇ ਗੁਲਾਬ ਵਰਗੀ ਹੈ। ਪਰ ਅੱਜ ਕੱਲ੍ਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ਼ਕ ਮਹਿਜ ਇੱਕ ਖੇਡ ਬਣ ਕੇ ਰਹਿ ਗਿਆ ਹੈ। ਇਹ ਵਕਤ ਕਦੋਂ ਬਦਲੇਗਾ ਪਤਾ ਨਹੀਂ, ਇਹ ਕਹਿਣਾ ਬਹੁਤ ਮੁਸ਼ਕਿਲ ਹੈ, ਪਰ ਉਮੀਦ ਕਰਦੀ ਹਾਂ ਕਿ ਸਾਡੇ ਦਿਲਾਂ ਵਿੱਚ ਇਸ਼ਕ ਹਕੀਕੀ ਦਾ ਰਾਜ ਹੋਵੇ ਤੇ ਅਸੀਂ ਸੱਚੇ ਇਸ਼ਕ ਨਾਲ ਜੁੜ ਉਸ ਰੱਬ ਨਾਲ ਜੁੜੀਏ। ਧੰਨਵਾਦ ਜੀ।